अस्सलाम वालेकुम दोस्तों, कैसे हैं आप सब? उम्मीद है खैरियत से होंगे, जिधर भी होंगे अच्छे अच्छे कामों में मसरूफ़ होंगे। तो दोस्तों आज का व्लॉग करते हैं शुरू। अभी जी मैं गाँव पहुंच चुका हूं। मौसम देखें आप लोग कितना प्यारा है, ठंडी ठंडी हवा चल रही है और बादल फूल हैं, बारिश आने वाली है तकरीबन, कितने गहरे बादल हैं। तो आज का व्लॉग करते हैं शुरू। आज सीन कुछ ऐसा है कि हम लोग व्लॉग बनाने लगे हैं स्पीकिंग 24 hours पंजाबी। आज हम 24 घंटे सारा दिन पंजाबी बोलेंगे, बस इंट्रो उर्दू में किया है, आगे हम पंजाबी बोलेंगे। तो अज का व्लॉग करने हैं शुरू, तो हूँ पंजाबी बोलना भी करने हैं शुरू। अभी मैं अपनी टीम को बुला लूँ, फिर पंजाबी बोलना शुरू करते हैं। हूँ जी मेरी टीम के 3 मैंबर आए हैं कमांडो मेसा। अज कमांडो वाले पूछने कितने कमांडो कितने? अज कमांडो जी मस्जिद च गए रहे नमाज पढ़ने वास्ते। तो अज का व्लॉगिंग करने शुरू। यह लगा था जी नैट वॉलीबॉल खेडन ली, तो आइए खेलन कोई नहीं आया, जरूर कोई आएगा दसांगे तुहानू, फिर अं भी खेलेंगे। तो हूँ असी कैदी तारा खेलन लगे हाँ, वो तुहानू दसने किस तरह खेली दा, नाल इंजॉय करने। अज मौसम ठंडा तां वास्ते खेलन लगे, नहीं तो इन्नी गर्मी च हूँ नहीं असी खेलते। तो रेडी हो खेलन ली? इधर जी कारी साहब पट्ठे वढ़न दे देना। ਕਰ ਸਭ ਕੀ ਹਾਲ ਹੈ? ਕਿੰਨੇ ਪਾਠੇ ਵੜਨੇ? ਕਿੰਨੇ ਬੜੇ ਵੜ ਲਏ? 2 ਬੱਕਰੀਆਂ ਨੇ ਤੁਹਾਡੇ ਕੋਲ ਹੈਂ? ਹਾਂਜੀ 2 ਬੱਕਰੀਆਂ ਨੇ, ਇੱਕ ਗਾਈ ਹੈ ਤੇ ਇੱਕ ਝੋਟੀ ਹੈ, ਹੋਰ ਕੀ ਹੈ ਤੁਹਾਡੇ ਕੋਲ? ਅੱਛਾ ਠੀਕ ਹੈ ਜੀ। ਫਿਰ ਹੁਣ ਜੀ ਕਰ ਸਾਹਿਬ ਕਹਿੰਦੇ ਪਏ ਕਿ ਮੈਨੂੰ ਪੱਠੇ ਚੁਕਾ ਦਿਓ, ਤੇ ਕਾਫੀ ਉਹਨਾਂ ਨੂੰ ਪੱਠੇ ਚੁਕਾਉਣ ਲੱਗਾ। ਹੁਣ ਜੀ ਘਰ ਸਾਹਿਬ ਪੱਠੇ ਬੰਨਣ ਲੱਗੇ ਨੇ, ਅਤੇ ਫਿਰ ਇਹਨਾਂ ਨੂੰ ਚੁਕਾਉਂਦੇ ਹਾਂ ਅਤੇ ਇਹਨਾਂ ਨੂੰ ਰਵਾਨਾ ਕਰਨੇ ਹਾਂ ਕਿ ਲੈ ਕੇ ਜਾਣ ਕੁੱਤਰਾਂ ਅਤੇ ਆਪਣੇ ਡੰਗਰਾਂ ਨੂੰ ਪਾਉਣ। ਘਰ ਸਾਹਿਬ ਨੂੰ ਜੀ ਪੱਠੇ ਚੁਕਾ ਦਿੱਤੇ ਨੇ, ਹੁਣ ਘਰ ਸਾਹਿਬ ਪੱਠੇ ਲੈ ਕੇ ਚੱਲੇ ਨੇ, ਹੱਸੇ ਨੇ ਘਰ ਸਾਹਿਬ। ਗੇਂਦ ਜੀ ਇਬਰਾਹਿਮ ਲੈ ਆਇਆ, ਅਤੇ ਹੁਣ ਅਸੀਂ ਖੇਡਣ ਲੱਗੇ ਹਾਂ ਕੈਦੀ ਤਾਰਾ। ਗੇਂਦ ਨੂੰ ਫੜ ਕੇ ਕੁੱਤੇ ਨੂੰ ਸੁੱਟਾਂਗੇ ਅਤੇ ਉਹ ਤਾਰਾ ਹੋਏਗਾ, ਅਤੇ ਜਿਹਦੇ ਵੱਜੇਗੀ ਜਾਂ ਜਿਹਦਾ ਕੈਚ ਮੈਂ ਕਰ ਲਾਂਗਾ ਜਾਂ ਜਿਹੜਾ ਵੀ ਕਰ ਲਏਗਾ ਉਹ ਕੈਦੀ ਹੋਈਏਗਾ। ਹੁਣ ਖੇਡਣਾ ਸ਼ੁਰੂ ਕਰਨੇ ਆ। ਇਹ ਜੀ ਮੈਂ ਤਾਰਾ ਸੁੱਟਣ ਲੱਗਿਆ, ਗੇਂਦ ਮੈਂ ਤਾਂ ਸੁੱਟਾਂਗਾ ਅਤੇ ਇਹ ਤਾਰਾ ਹੋਏਗਾ। ਇਹ ਆ ਜੀ ਤਾਰਾ ਹੋ ਗਿਆ, ਹੁਣ ਕਾਫੀ ਸ਼ਮੇਰੇ ਆ ਸੁੱਟੇਗਾ। ਜੇ ਇਹ ਮੈਂ ਕੈਚ ਕਰ ਲਿਆ, ਕਾਛੀ ਮੇਰਾ ਕੈਦੀ ਹੋ ਗਿਆ। ਕਾਛੀ ਦਾ ਕੈਦ ਜੀ ਮੈਂ ਕਰ ਲਿਆ ਸੀ, ਕੈਚੀ ਮੇਰਾ ਕੈਦੀ ਆ, ਉਹ ਜ਼ਰਾ ਘਰ ਗਿਆ। ਅਤੇ ਹੁਣ ਆ ਮੇਰੇ ਸਾਹਮਣੇ ਹਜ਼ੈਫਾ, ਜ਼ੈਫਾ ਨੇ ਜੇ ਮੇਰਾ ਕੈਚ ਕਰ ਲਿਆ ਮੈਂ ਹਜ਼ੈਫਾ ਦਾ ਕੈਦੀ, ਜਾਂ ਹਜ਼ੈਫਾ ਦੇ ਗੇਂਦ ਵੱਜ ਗਈ ਅਤੇ ਉਹ ਮੇਰਾ ਕੈਦੀ ਆ, ਮੈਂ ਉਹਦਾ ਕੈਚ ਕਰ ਲਿਆ ਫਿਰ ਵੀ ਉਹ ਮੇਰਾ ਕੈਦੀ। ਹੁਣ ਗੇਂਦ ਸੁਣਨਾ ਵੇਖਦੇ ਹਾਂ, ਮੈਂ ਕੈਦੀ ਹੁੰਦਾ ਹਜ਼ੈਫਾ। ਮੈਂ ਗੇਂਦ ਥੱਲੇ ਨੂੰ ਸੁੱਟੀ ਆ ਹਜ਼ੈਫਾ ਕੋਲ ਫੜੋਏ ਨਾ। ਹੁਣ ਜੀ ਮੈਂ ਤਾਂ ਕੈਚ ਕਰ ਲਿਆ ਅਤੇ ਮੈਂ ਬਾਦਸ਼ਾਹ ਬਣ ਗਿਆ ਅਤੇ ਇਹ ਕੈਦੀ ਹੋ ਗਿਆ। ਤੂੰ ਜੀ ਇਬਰਾਹਿਮ ਵੀ ਕੰਮ ਗਏ ਰਹੀ ਕਿਤੇ, ਅਤੇ ਇਬਰਾਹਿਮ ਵੀ ਆ ਗਿਆ। ਤੂੰ ਨਹੀਂ ਸਾਰੇ ਮਿਲ ਕੇ ਖੇਡਣ ਲੱਗੇ ਹਾਂ, ਅਤੇ ਥੋੜ੍ਹੀ ਦੇਰ ਖੇਡ ਲਈਏ ਫਿਰ ਤੁਹਾਨੂੰ ਮਿਲਦੇ ਹਾਂ, ਥੋੜ੍ਹਾ ਇੰਜੋਏ ਕਰ ਲਈਏ। ਮੌਸਮ ਠੰਡਾ, ਅੱਜ ਕਿੰਨੇ ਦਿਨਾਂ ਬਾਅਦ ਅਸੀਂ ਖੇਡਣ ਲੱਗੇ ਹਾਂ, ਕਿਉਂਕਿ ਗਰਮੀ ਹੈ ਨਹੀਂ ਅੱਜ, ਨਹੀਂ ਤਾਂ ਗਰਮੀ ਬੜੀ ਹੁੰਦੀ ਹੈ, ਖੇਡਣ ਨੂੰ ਦਿਲ ਹੀ ਨਹੀਂ ਕਰਦਾ। ਤੂੰ ਨਹੀਂ ਥੋੜ੍ਹੀ ਦੇਰ ਖੇਡ ਲਈਏ ਫਿਰ ਤੁਹਾਨੂੰ ਮਿਲਦੇ ਹਾਂ। ਅਤੇ ਇਹ ਜੀ ਉਹ ਲਾਭ ਹੈ ਜਿਹੜੀ ਅਸੀਂ ਬੀਜੀ ਸੀ ਥੋੜ੍ਹੇ ਦਿਨ ਪਹਿਲੇ,
ਮੈਂ ਵਲੌਗ ਵੀ ਬਣਾਇਆ ਸੀ, ਤੁਸੀਂ ਉਮੀਦ ਹੈ ਮੈਨੂੰ ਕਿ ਵੇਖਿਆ ਹੋਏਗਾ, ਕਿਉਂਕਿ ਅੱਧੇ ਲੋਕ ਮੇਰਾ ਵਲੌਗ ਵੇਖਦੇ, ਅੱਧੇ ਵੇਖਦੇ ਨਹੀਂ। ਅਤੇ ਇਹ ਉਹ ਲਾਭ ਹੈ ਜਿਹੜੀ ਅਸੀਂ ਉਦੋਂ ਵਲੌਗ ਵਾਲੀ ਬੀਜੀ ਸੀ, ਅਤੇ ਉਹ ਥੋੜ੍ਹੇ ਦਿਨ ਪਹਿਲਾਂ ਬੀਜੀ ਹੈ ਜਿਹੜੀ ਨਾਲ ਆ, ਉਹ ਵੱਡੀ ਹੋ ਗਈ ਆ ਅਤੇ ਇਹ ਛੋਟੀ ਆ। ਅਸੀਂ ਇੱਥੇ ਵਲੌਗ ਬਣਾਉਂਦੇ ਪਏ ਹਾਂ ਅਤੇ ਮਾਮੂ ਸਾਡੇ ਵੱਲ ਕੰਨ ਤੋਂ ਨਹੀਂ ਵੇਖੇ ਕਰਦੇ ਨੇ, ਮਾਮੂ ਨੂੰ ਵੀ ਦੱਸਣੇ ਆ ਕਿ ਅੱਜ ਅਸੀਂ ਸਾਰਾ ਵਲੌਗ ਪੰਜਾਬੀ 'ਚ ਬਣਾਉਣਾ। ਅਸੀਂ ਮਾਮੂ ਹੋਰੀ ਜੀ ਪੱਠੇ ਵੱਢਣ ਆਏ ਦੇ ਹਾਂ ਅਤੇ ਮੈਂ ਵੀ ਨਾਲ ਆਇਆ ਅਤੇ ਮਾਮੂ ਇੱਥੇ ਬੈਠ ਰਹੇ ਹਾਂ ਅਤੇ ਵੇਖੋ ਉਹਦੇ 'ਤੇ ਕਿੰਜ ਜ਼ੁਲਮ ਕਰਦੇ ਪਏ ਨੇ ਵਿਚਾਰੇ 'ਤੇ, ਉਹ ਅੱਗੇ ਹੀ ਸਿਰ ਤੋਂ ਮਾਰਾ ਅਤੇ ਉਹਦੇ ਕੋਲ ਫਿਰ ਪੱਠੇ ਵਢਾਉਣ ਦੇ ਦੇਣਾ ਅਤੇ ਆਪੇ ਵੇਖੋ ਬੈਠੇ ਦੇਣਾ ਇੱਥੇ। ਹੁਣ ਜੀ ਇਸ ਟਾਈਮ ਅਸੀਂ ਆਪਣੀ ਪੈਲੀਆਂ 'ਚ ਮੌਜੂਦ ਹਾਂ, ਇਹ ਤੁਸੀਂ ਦੇਖ ਸਕਦੇ ਹੋ, ਕੱਲ੍ਹ ਵਾਲਾ ਵਲੌਗ ਤੁਸੀਂ ਦੇਖਿਆ ਹੋਏਗਾ, ਤੁਹਾਨੂੰ ਪਤਾ ਹੋਏਗਾ ਅਸੀਂ ਪੈਲੀਆਂ ਬੀਜੀਆਂ ਹਨ। ਅਤੇ ਇਹ ਅੱਜ ਅਸੀਂ ਚੈੱਕ ਕਰਨ ਆਏ ਹਾਂ ਕਿ ਸਹੀ ਜੇ ਬਾਕੀ ਰਿਹਾ ਅਸੀਂ ਉਦੋਂ ਚੱਲੇ ਜਦੋਂ ਉਹ ਵਾਹਣਡੇ ਦੇ ਟਰੈਕਟਰ ਵਾਲੇ, ਉਹ ਦਾਇਮ ਤੁਸੀਂ ਦੇਖਿਆ ਹੋਗਾ ਮੇਰੇ ਵਲੌਗ 'ਚ ਉਹਦੇ ਪਾਪਾ ਨੇ ਉਹਨਾਂ ਟਰੈਕਟਰ ਰੱਖੇ ਦਾ, ਅਤੇ ਉਹ ਅਸੀਂ ਚੱਲ ਗਏ ਹਾਂ ਕਿ ਹਨੇਰਾ ਹੋ ਗਿਆ ਸੀ ਅਤੇ ਅਸੀਂ ਵੇਖਣ ਆਏ ਹਾਂ ਕਿ ਵਾਹੇ ਦੇ ਨੇ ਸੁਹਾਗਾ ਮਾੜੇ ਦਾ ਸਹੀ ਨੇ। ਅਤੇ ਵੈਸੇ ਵੀ ਇਹ ਨੁੱਕਰਾਂ ਤੁਹਾਨੂੰ ਮੈਂ ਚੈੱਕ ਕਰਾਉਂਦਾ ਦਿਖਾਉਂਦਾ, ਨੁੱਕਰਾਂ 'ਚ ਸੁਹਾਗਾ ਨਹੀਂ ਵੱਜਦਾ ਅਤੇ ਅਸੀਂ ਆਏ ਹਾਂ ਕਿ ਉਹ ਨੁੱਕਰਾਂ 'ਚ ਪੈਰ ਪੂਰ ਮਾਰ ਕੇ ਅਤੇ ਉਹ ਸਹੀ ਕਰ ਦਿੰਦੇ ਹਾਂ ਉੱਥੋਂ ਦੀ, ਅਤੇ ਅਸੀਂ ਕੱਲ੍ਹ ਉਹ ਆਈ ਸੀ ਅਤੇ ਅੱਜ ਇੱਥੋਂ ਦੀ ਕੋਈ ਰੇਹੜੀ ਲੈ ਗਏ ਰਹਿ, ਵੇਖੋ ਕੋਈ ਅੱਗੋਂ ਪੱਠੇ ਲੈਣ ਗਏ ਰਹਿ ਅਤੇ ਰੇਹੜੀ ਦੇ ਨਿਸ਼ਾਨ ਟਾਇਰਾਂ ਦੇ, ਉਹਨੂੰ ਪਤਾ ਵੀ ਸੀ ਬੀਜੀ ਦੀ ਆ, ਫਿਰ ਵੀ ਲੋਕ ਜਾਣ ਕੇ ਇੰਝ ਕਰਦੇ ਨੇ। ਮੈਂ ਕਾਵਿਸ਼ ਅਤੇ ਕਮਾਂਡੋ ਹੁਣ ਆਏ ਹਾਂ, ਉਹ ਸਾਹਮਣੇ ਮਾਮੂ ਪਹਿਲੇ ਆ ਕੇ ਬੈਠੇ ਰਹੇ ਹਾਂ ਅਤੇ ਬਾਕੀ ਦੂਸਰੇ ਮਾਮੂ ਹਜ਼ੈਫਾ ਅਤੇ ਇਬਰਾਹਿਮ ਇਹ ਪਿੱਛੇ ਆ ਗਏ ਹਾਂ। ਹੁਣ ਜੇ ਅਸੀਂ ਆਪਣੀ ਖੇਤਾਂ ਦਾ ਜਾਇਜ਼ਾ ਲਿਆਂਗੇ ਅਤੇ ਜਿੱਥੋਂ ਪੱਧਰੀ ਕਰਨੀ ਹੋਈ ਉੱਥੋਂ ਪੱਧਰੀ ਕਰਾਂਗੇ। ਮੈਂ ਜੀ ਪੰਜਾਬੀ ਬੋਲ ਕੇ ਵਲੌਗ ਬਣਾਉਂਦਾ ਪਿਆ ਅਤੇ ਮੈਂ ਬੰਦ ਕੀਤਾ ਅਤੇ ਕਮਾਂਡੋ ਕਹਿੰਦਾ ਵਿੱਚ ਹੀ ਪੰਜਾਬੀ, ਵਿੱਚ ਹੀ ਉਰਦੂ, ਵਿੱਚ ਹੀ ਸਾਰਾ ਕੁਛ, ਤੈਨੂੰ ਦੱਸਦੀ ਅੱਜ ਸਾਡਾ ਚੈਲੰਜ ਹੈ ਕਿ ਸਾਰਾ ਦਿਨ ਪੰਜਾਬੀ ਬੋਲਣੀ ਆ। ਓਕੇ ਅਸੀਂ ਜੀ ਹੁਣ ਲੇਜ਼ ਖਾਣ ਲੱਗੇ ਹਾਂ, ਮੈਂ ਲੇਜ਼ ਲੈ ਕੇ ਆਇਆ ਹਾਂ, ਸਾਰੇ ਜਣੇ ਬਹਿ ਕੇ ਇੱਥੇ ਖਾਂਦੇ ਹਾਂ। ਇਹ ਖੇਤੋਂ ਸੇ ਜੀ ਵਿਊ ਚੈੱਕ ਕਰੇ, ਯੇ ਇੱਧਰ ਸਾਹਮਣੇ ਸੂਰਜ ਹੈ, ਮਾਸ਼ਾਅੱਲਾ ਬਹੁਤ ਹੀ ਪਿਆਰਾ ਲੱਗ ਰਿਹਾ। ਔਰ ਮੈਂ ਭੁੱਲ ਗਿਆ ਹੂੰ, ਮੈਨੇ ਪੰਜਾਬੀ ਬੋਲਣੀ ਸੀ, ਮੈਨੇ ਫਿਰ ਉਰਦੂ ਬੋਲਦੀ ਆ, ਵੈਸੇ ਪਿੱਛੇ ਤੋਂ ਸਾਰੀ ਪੰਜਾਬੀ ਬੋਲੀ ਆ। ਆਪਕੋ ਪਸੰਦ ਆਇਆ ਹੋਗਾ ਤਾਂ ਕਮੈਂਟ ਮੈਂ ਜ਼ਰੂਰ ਬਤਾਈਏਗਾ। ਹੁਣ ਜੀ ਮੈਂ ਘਰ ਚੱਲਾਂ ਅਤੇ ਆਪਣੇ ਵਲੌਗ ਦਾ ਐਂਡ ਕਰ ਲੈਂਦੇ ਹਾਂ, ਉਮੀਦ ਆ ਤੁਹਾਨੂੰ ਪਸੰਦ ਆਇਆ ਹੋਗਾ, ਅਗਰ ਪਸੰਦ ਆਇਆ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਮਤ ਭੁੱਲੀਏ ਆ। ਅਤੇ ਹੁਣ ਲਈ ਖੁਦਾ ਹਾਫਿਜ਼, ਅਤੇ ਅਗਲੇ ਵਲੌਗ 'ਚ ਮਿਲਾਂਗੇ। ਅਤੇ ਇੱਕ ਯਾਰ ਤੁਹਾਡੇ ਅੱਗੇ ਰਿਕੁਐਸਟ ਹੈ, ਸਬਸਕ੍ਰਾਈਬ ਵੀ ਕਰਦੇ ਕਰੋ, ਤੁਸੀਂ ਸਬਸਕ੍ਰਾਈਬ ਕਰਦੇ ਨਹੀਂ, ਬਗੈਰ ਸਬਸਕ੍ਰਾਈਬ ਤੋਂ ਵੀਡੀਓ ਵੇਖਦੇ ਰਹਿੰਦੇ ਹੋ।